ਉਦੋਂ ਮੈਂ ਬੀਐਡ ਦਾ ਕੋਰਸ ਕਰ ਰਹੀ ਸੀ ਕੈਂਸਰ ਦੀ ਬਿਮਾਰੀ ਦੇ ਕਾਰਨ ਮੇਰੀ ਮਾਂ ਦੀ ਮੌਤ ਹੋ ਗਈ ਵੱਡੀ ਹੋਣ ਦੇ ਨਾਤੇ ਘਰ ਦੇ ਕੰਮਾਂ ਕਾਰਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਪਈ ਫਿਰ ਵੀ ਮੈਂ ਬੀਐਡ ਕਲੀਅਰ ਕੀਤੀ ਪੀਐਸ ਪੀਐਸਟੈਟ ਕਲੀਅਰ ਕੀਤਾ ਕਿਉਂਕਿ ਮੈਂ ਅਧਿਆਪਕ ਬਣਨਾ ਚਾਹੁੰਦੀ ਸੀ ਮੇਰੀ ਮਾਂ ਦਾ ਵੀ ਇਹੀ ਸੁਪਨਾ ਸੀ ਪਰ ਮੈਂ ਅੱਜ ਅਧਿਆਪਕ ਨਹੀਂ ਖੇਤਾਂ ਵਿੱਚ ਨਰਮਾ ਚੁੱਗ ਰਹੀ ਹਾਂ ਮੇਰੇ ਡੈਡੀ ਤੋਂ ਹੁਣ ਦਿਹਾੜੀ ਮਜ਼ਦੂਰੀ ਦਾ ਕੰਮ ਵੀ ਨਹੀਂ ਹੁੰਦਾ ਇਸ ਕਰਕੇ ਸਾਨੂੰ ਖੇਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਸਾਡੇ ਜੋ ਸਿਆਸਤਦਾਨ ਆਏ ਤਸਵੀਰਾਂ ਦੇਖ ਕੇ ਚੀਜ਼ਾਂ ਦੇਖ ਕੇ ਉਹਨਾਂ ਨੂੰ ਜ਼ਰੂਰ ਸ਼ਰਮ ਆ ਜਾਣੀ ਚਾਹੀਦੀ ਹੈ ਮੰਮਾ ਨੂੰ ਅਦਰਾੰਗ ਹੋ ਗਿਆ ਸੀ ਉਹ ਉਸ ਤੋਂ ਕੰਮ ਨਹੀਂ ਬਣਦਾ ਜੀ ਕਰਦਾ ਸਾਰਾ ਕੰਮ ਮੈਂ ਹੁਣ ਖੁਦ ਕਰਦੀ ਆ ਸਰ ਕੰਮ ਕਰਨ ਤੋਂ ਬਾਅਦ ਫਿਰ ਰਾਤ ਨੂੰ ਮੈਂ ਸਟੱਡੀ ਕਰਦੀ ਆਂ ਜੀ ਕਿਉਂਕਿ ਦਿਨ ਨੂੰ ਤਾਂ ਸਰ ਸਮਾਂ ਨਹੀਂ ਮਿਲਦਾ ਕਿਉਂਕਿ ਖੇਤਾਂ 'ਚ ਮੈਂ ਤਾਂ ਮਜ਼ਦੂਰੀ ਕਰਦੀ ਆਂ ਜੀ ਮਾ ਜੀ ਡੈੱਟ ਉਹ ਸੀ ਮੈਂ ਮੀਨਰ ਹਸਪੀਟਲ 'ਚ ਵੀ ਜਾਇਆ ਕਰਦੀ ਸੀ ਉਸ ਉਸ ਦੌਰਾਨ ਮੇਰੀ ਬਿਮਾਰੀ ਬਹੁਤ ਸੀ ਉਸ ਕਾਰਨ ਮੈਨੂੰ ਪ੍ਰਾਈਸੇ ਦੇਖਣੀ ਪਈ ਸੀ ਕਿਉਂ ਨਾ ਅਰਥ ਤਤੰਗੀ ਕਰਨਾ ਸੀ ਪੜਾਈ ਛੱਡ ਦਿੱਤੀ ਐ ਹੁਣ ਸੁਪਨੇ ਵੀ ਤੋੜ ਦਿੱਤੇ ਨੇ ਨਾਰੀ ਸਸ਼ਕਤੀਕਰਨ ਦੀ ਗੱਲ ਹੁੰਦੀ ਹੈ ਸਰਕਾਰ ਭਾਵੇਂ ਕੋਈ ਵੀ ਹੋਵੇ ਜਿੰਨੀਆਂ ਸਰਕਾਰਾਂ ਆਈਆਂ ਗਈਆਂ तमाम ਸਰਕਾਰਾਂ ਨੇ ਵਾਅਦੇ ਜ਼ਰੂਰ ਕੀਤੇ ਪਰ ਉਹਨਾਂ ਨੂੰ ਵਫਾ ਨਹੀਂ ਕੀਤਾ तमाम ਸਰਕਾਰਾਂ ਆਈਆਂ ਉਹਨਾਂ ਨੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਕੁੜੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੀ ਗੱਲ ਕੀਤੀ ਚੰਗੀ ਪੜ੍ਹਾਈ ਲਿਖਾਈ ਦੇ ਵਾਅਦੇ ਕੀਤੇ ਗਏ ਪਰ ਉਹ ਕਦੇ ਵਾਅਦੇ ਪੂਰੇ ਨਹੀਂ ਹੋਏ ਕਿਉਂਕਿ ਅੱਜ ਅਸੀਂ ਜਿਸ ਨਰਮੇ ਦੇ ਖੇਤ ਦੇ ਵਿੱਚ ਮੌਜੂਦ ਆ ਇੱਥੋਂ ਤੁਹਾਨੂੰ ਰਿਐਲਿਟੀ ਦਿਖਾਵਾਂਗੇ ਕਿ ਆਖਿਰ ਉਹਨਾਂ ਵਾਅਦਿਆਂ ਦੀ ਹਵਾ ਕਿਸ ਤਰ੍ਹਾਂ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਹ ਜੋ ਮੇਰੇ ਪਿੱਛੇ ਕੁੜੀਆਂ ਕੰਮ ਕਰ ਰਹੀਆਂ ਨੇ ਚੰਗੀ ਯੋਗਤਾ ਵਾਲੀਆਂ ਨੇ ਚੰਗੀਆਂ ਪੜੀਆਂ ਲਿਖੀਆਂ ਕੁੜੀਆਂ ਨੇ ਔਰ ਇਹਨਾਂ ਨੂੰ ਲੇਬਰ ਕਰਨੀ ਪੈ ਰਹੀ ਹੈ ਜੀ ਹਾਂ ਮਾਨਸਾ ਦੇ ਅਕਬਰਪੁਰ ਖੁਡਾਲ ਪਿੰਡ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਆ ਜਿੱਥੇ ਨਰਮੇ ਦੀ ਚੁਗਾਈ ਚੱਲ ਰਹੀ ਹੈ ਔਰ ਇਹ ਕੁੜੀਆਂ ਨੇ ਜੋ ਇਹ ਚੰਗੀ ਪੜ੍ਹਾਈ ਲਿਖਾਈ ਕੀਤੀ ਉਸ ਤੋਂ ਬਾਅਦ ਵੀ ਕੋਈ ਨੌਕਰੀ ਨਾ ਮਿਲਣ ਕਰਕੇ ਇਹਨਾਂ ਨੂੰ ਹੁਣ ਨਰਮਾ ਚੁਗਣਾ ਪੈ ਰਿਹਾ ਕਰਦੇ ਹਾਲਾਤ ਕੁਝ ਠੀਕ ਨਾ ਹੋਣ ਕਰਕੇ ਵੀ ਇਹ ਸਾਰੀਆਂ ਚੀਜ਼ਾਂ ਨੇ ਮੈਂ ਇਹਨਾਂ ਨਾਲ ਗੱਲ ਕਰਨਾ ਚਾਹੂੰਗਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਕਰਮਜੀਤ ਕੌਰ ਹੈ ਤੁਹਾਡੀ ਯੋਗਤਾ ਕੀ ਹੈ ਪੜ੍ਹਾਈ ਲਿਖਾਈ ਕੀ ਕੀਤੀ ਹੈ ਤੁਸੀਂ ਮੈਂ ਬੀਏ ਬੀਐਡ ਕੀਤੀ ਹੋਈ ਹੈ ਪੀਐਸ ਪੀਐਸਐਟ ਕਲੀਅਰ ਕੀਤਾ ਹੋਇਆ ਪਰ ਫਿਰ ਵੀ ਮੈਂ ਅੱਜ ਖੇਤਾਂ ਵਿੱਚ ਨਰਮਾ ਚੁਗ ਰਹੀ ਐ ਕਿਉਂ ਚੁਗਣਾ ਪੈ ਰਿਆ ਨਰਮਾ ਕੋਈ ਅਪਲਾਈ ਕੀਤਾ ਤੁਸੀਂ ਨੌਕਰੀ ਵਾਸਤੇ ਕਿਤੇ ਹਾਂ ਅਪਲਾਈ ਤਾਂ ਕਰਦੇ ਪਰ ਸਾਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਅਸੀਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਗਰੀਬੀ ਹੋਣ ਦੇ ਕਾਰਨ ਸਾਨੂੰ ਖੇਤਾਂ ਵਿੱਚ ਕੰਮ ਕਰਨਾ ਪੈ ਰਿਹਾ ਨਰਮਾ ਚੁਗਣਾ ਪੈ ਰਿਹਾ ਜਦੋਂ ਮੈਂ 10ਵੀਂ ਕਲਾਸ 'ਚ ਪੜ੍ਹਦੀ ਸੀ ਮੇਰੀ ਮਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਗਈ ਇੱਕ ਪਾਸੇ ਮੇਰੀ ਮੰਮੀ ਦੇ ਕੈਂਸਰ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ ਦੂਸਰੇ ਪਾਸੇ ਮੇਰੀ ਪੜ੍ਹਾਈ ਮੇਰੇ ਪਾਪਾ ਨੇ ਮਿਹਨਤ ਮਜ਼ਦੂਰੀ ਕਰਕੇ ਮੇਰੀ ਮੰਮੀ ਦੇ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾਇਆ ਦੂਸਰੇ ਪਾਸੇ ਮੇਰੀ ਪੜ੍ਹਾਈ ਜਾਰੀ ਰੱਖਵਾਈ ਮੈਂ ਵੀ ਖੇਤਾਂ ਵਿੱਚ ਹਾੜੀ ਸੌਣੀ ਕੰਮ ਕੀਤਾ ਜਦੋਂ ਮੈਂ ਬੀਐਡ ਦਾ ਕੋਰਸ ਕਰ ਰਹੀ ਸੀ ਕੈਂਸਰ ਦੀ ਬਿਮਾਰੀ ਦੇ ਕਾਰਨ ਮੇਰੀ ਮਾਂ ਦੀ ਮੌਤ ਹੋ ਗਈ ਵੱਡੀ ਹੋਣ ਦੇ ਨਾਤੇ ਘਰ ਦੇ ਕੰਮਾਂਕਾਰਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਪਈ ਪਰ ਫਿਰ ਪਰ ਫਿਰ ਵੀ ਮੈਂ ਬੀਐਡ ਕਲੀਅਰ ਕੀਤੀ ਪੀਐਸ ਪੀਐਸਟੈਟ ਕਲੀਅਰ ਕੀਤਾ ਕਿਉਂਕਿ ਮੈਂ ਅਧਿਆਪਕ ਬਣਨਾ ਚਾਹੁੰਦੀ ਸੀ ਮੇਰੀ ਮਾਂ ਦਾ ਵੀ ਇਹੀ ਸੁਪਨਾ ਸੀ ਕਿ ਮੇਰੀ ਬੇਟੀ ਪੜ੍ਹ ਲਿਖ ਕੇ ਅਧਿਆਪਕ ਬਣੇ ਪਰ ਮੈਂ ਅੱਜ ਅਧਿਆਪਕ ਨਹੀਂ ਖੇਤਾਂ ਵਿੱਚ ਨਰਮਾ ਚੁਗ ਰਹੀਆਂ ਸਰਕਾਰਾਂ ਵਾਅਦੇ ਕਰਦੀਆਂ ਕਿਉਂਕਿ ਜਿੰਨੀ ਯੋਗਤਾ ਤੁਸੀਂ ਲਈ ਫਿਰ ਤੁਹਾਨੂੰ ਤਾਂ ਕਿਤੇ ਸਕੂਲ ਦੇ ਵਿੱਚ ਚੰਗੀ ਥਾਂ ਤੇ ਪੜਾਉਂਦੇ ਹੋਣਾ ਚਾਹੀਦਾ ਬੱਚਿਆਂ ਨੂੰ ਪਰ ਇਹ ਹਾਲਾਤ ਜੋ ਹੈ ਇਹਨਾਂ ਨੂੰ ਦੇਖ ਕੇ ਕੀ ਕਹੋਗੇ ਕਿਉਂਕਿ ਸਰਕਾਰ ਜਦੋਂ ਇਲੈਕਸ਼ਨ ਦੇ ਟਾਈਮ ਕੋਈ ਬਹੁਤ ਸਾਰੀਆਂ ਪਾਰਟੀਆਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਜ਼ਰੂਰ ਕਰਦੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਵਾਅਦੇ ਨਿਭਾਉਂਦੀਆਂ ਕਿਉਂਕਿ ਤੁਹਾਡੇ ਵਰਗੇ ਚੰਗੀ ਯੋਗਤਾ ਵਾਲੇ ਜੋ ਲੋਕ ਹੈ ਉਹ ਇਸ ਤਰ੍ਹਾਂ ਨਰਮਾ ਚੁਗਦੇ ਫਿਰ ਰਹੇ ਚੋਣਾ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਕਰ ਕਰਨ ਨੌਕਰੀ ਦੇ ਵਾਅਦੇ ਕੀਤੇ ਸੀ ਪਰ ਸਰਕਾਰ ਨੇ ਸਾਨੂੰ ਕੋਈ ਨੌਕਰੀ ਨਾ ਦਿੱਤੀ ਅੱਜ ਵੀ ਅਸੀਂ ਖੇਤਾਂ ਵਿੱਚ ਉਸੇ ਹੀ ਤਰ੍ਹਾਂ ਨਰਮਾ ਚੁਗ ਰਹੇ ਹਾਂ ਝੋਨਾ ਲਾਉਨੇਗੇ ਕਣਕ ਵੜਦੇ ਆ ਮੇਰੇ ਨਾਲ ਮੇਰੀ ਸਿਸਟਰ ਵੀ ਖੇਤਾਂ ਵਿੱਚ ਨਰਮਾ ਚੁਗ ਰਹੀ ਹੈ ਇਹਨਾਂ ਨੂੰ ਸਾਡੇ ਘਰ ਦੀ ਆਰਥਿਕ ਤੰਗੀ ਦੇ ਕਾਰਨ ਪੜਾਈ ਛੱਡਣੀ ਪਈ ਛੋਟੀ ਸਿਸਟਰ ਨੇ ਤੁਹਾਡੇ ਇਹ ਛੋਟੀ ਸਿਸਟਰ ਨੇ ਅਸੀਂ ਖੇਤਾਂ ਵਿੱਚ ਨਰਮਾ ਚੁਗਲਣੇ ਮਜ਼ਦੂਰ ਆਂ ਆਰਥਿਕ ਤੰਗੀ ਦੇ ਚਲਦੇ ਆਂ ਇਹ ਹਾਲਾਤ ਨੇ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਮਦਰ ਦੀ ਵੀ ਡੈਥ ਹੋ ਗਈ ਫਾਦਰ ਸਾਹਿਬ ਵੀ ਕੰਮ ਨਹੀਂ ਕਰ ਪਾਰੇ ਜਿੱਦਾਂ ਪਿੰਡ ਵਾਲੇ ਵੀ ਦੱਸਦੇ ਸੀ ਕਿ ਉਹ ਵੀ ਕੰਮ ਨਹੀਂ ਕਰ ਪਰ ਉਹਨਾਂ ਨੂੰ ਕੀ ਦਿੱਕਤ ਹੋ ਗਈ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਾਹ ਸੀ ਉਹ ਖੜ ਗਈ ਸੀ ਉਹ ਕੰਮ ਨਹੀਂ ਕਰਦੀ ਸੀ ਤੇ ਮੇਰੇ ਡੈਡੀ ਤੋਂ ਹੁਣ ਦਿਹਾੜੀ ਮਜ਼ਦੂਰੀ ਦਾ ਕੰਮ ਵੀ ਨਹੀਂ ਹੁੰਦਾ ਇਸ ਕਰਕੇ ਸਾਨੂੰ ਖੇਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਸਾਡੇ ਘਰ ਹੋਰ ਕੋਈ ਕਮਾਉਣ ਵਾਲਾ ਹੈ ਹੀ ਨਹੀਂ ਬ੍ਰਦਰ ਵੀ ਹੈ ਤੁਹਾਡੇ ਹਾਂ ਛੋਟੇ ਨੇ ਮੇਰੇ ਬ੍ਰਦਰ ਹੈ ਦੋ ਪ੍ਰਾਣ ਹੀ ਅੱਛਾ ਮੇਰਾ ਘਰ ਚਲਾਉਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਸਾਰੀ ਹੂੰ ਸਾਡੇ ਘਰ ਚਲਾਉਣ ਦੀ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਤੇ ਹੈ ਸੋ ਸਾਡੇ ਜੋ ਸਿਆਸਤਦਾਨ ਆ ਇਹ ਤਸਵੀਰਾਂ ਦੇਖ ਕੇ ਚੀਜ਼ਾਂ ਦੇਖ ਕੇ ਉਹਨਾਂ ਨੂੰ ਜ਼ਰੂਰ ਸ਼ਰਮ ਆ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੇ ਵਾਅਦੇ ਤੁਸੀਂ ਕਰਦੇ ਹੋ ਉਨਾਂ ਨੂੰ ਅਮਲੀ ਜਮਾ ਵੀ ਪਹਨਾਇਆ ਕਰੋ ਕਿਉਂਕਿ ਜਿਹੜੇ ਤਮਾਮ ਵਾਦੇ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਰਦੇ ਹੋ ਲੋਕਾਂ ਦੇ ਨਾਲ ਫਿਰ ਵੋਟਾਂ ਵਟੋਰਦੇ ਹੋ ਪਰ ਉਸ ਤੋਂ ਬਾਅਦ ਲੋਕਾਂ ਦੀ ਸਾਧ ਨਹੀਂ ਲੈਂਦੇ ਕਿਉਂਕਿ ਇਹ ਕੁੜੀਆਂ ਚੰਗੀਆਂ ਪੜੀਆਂ ਲਿਖੀਆਂ ਨੇ ਉਸ ਦੇ ਬਾਵਜੂਦ ਇਹਨਾਂ ਨੂੰ ਨਰਮਾ ਚੁਗਣਾ ਪੈ ਰਿਹਾ ਦੋ ਭੈਣਾਂ ਨੇ ਇੱਕ ਨੇ ਚੰਗੀ ਪੜ੍ਹਾਈ ਲਿਖਾਈ ਕੀਤੀ ਦੂਸਰੀ ਨੂੰ ਫਿਰ ਪੜ੍ਹਾਈ ਛੱਡਣੀ ਪਈ ਕਿਉਂਕਿ ਇਹਨਾਂ ਦੇ ਮਾਤਾ ਜੀ ਐਕਸਪਾਇਰ ਹੋ ਗਏ ਸੀ ਔਰ ਸਭ ਤੋਂ ਵੱਡੀ ਦਿੱਕਤ ਇਸ ਇਲਾਕੇ ਦੇ ਵਿੱਚ ਹੈ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਹੈ ਔਰ ਹੋਰ ਵੀ ਲਗਾਤਾਰ ਕੇਸਾਂ ਦੇ ਵਿੱਚ ਇਜਾਫਾ ਹੋ ਰਿਹਾ ਮੈਂ ਦੁਬਾਰਾ ਤੁਹਾਡੇ ਨਾਲ ਗੱਲ ਕਰੂੰਗਾ ਛੋਟੀ ਸਿਸਟਰ ਨੇ ਤੁਹਾਡੇ ਇਹਨਾਂ ਨਾਲ ਗੱਲ ਕਰ ਲੈਣੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਪ੍ਰੀਤ ਹੈ ਜੀ ਮਨਪ੍ਰੀਤ ਕਿ ਕਿਹੜੀ 10ਵੀਂ ਕਲਾਸ ਚ ਪੜ੍ਹਾਈ ਛੱਡਤੀ ਤੁਸੀਂ ਹਾਂ ਜੀ ਪਲੱਸ 2 ਕੀਤੀ ਹੋਈ ਹੈ 12ਵੀਂ ਕਰ ਲਈ ਹੈ ਤੁਸੀਂ ਫਿਰ ਅੱਗੇ ਪੜ੍ਹਾਈ ਕਿਉਂ ਨਹੀਂ ਕੀਤੀ ਮੇਰੀ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਮੈਂ ਮੇਰੀ ਮੰਮੀ ਨਾਲ ਹਸਪੀਟਲ ਜੀ ਵੀ ਜਾਇਆ ਕਰਦੀ ਸੀ ਉਸ ਉਸ ਦੌਰਾਨ ਮੇਰੀ ਮੰਮੀ ਬਿਮਾਰ ਬਹੁਤ ਸੀ ਉਸ ਕਾਰਨ ਮੇਰੇ ਪ੍ਰਾਈਸ ਛੱਡਣੀ ਪਈ ਸੀ ਅੱਛਾ ਉਸ ਕਾਰਨ ਤੁਹਾਨੂੰ ਪੜ੍ਹਾਈ ਛੱਡਣੀ ਪਈਗੀ ਉਸ ਤੋਂ ਬਾਅਦ ਫਿਰ ਅੱਗੇ ਕ ਫਿਰ ਮੇਰੀ ਬਰ ਸਿਸਟਰ ਪੜ ਰਹੀ ਸੀ ਘਰ ਦੇ ਕੰਮ ਨਹੀਂ ਬਣ ਰਹੇ ਸੀ ਫਿਰ ਇਸ ਕਰਕੇ ਮੈਨੂੰ ਪੜਾਈ ਛੱਡਣੀ ਪਈ ਘਰ ਦੇ ਕੰਮਾਂ ਕਰਨ ਛੱਡ ਨਰਮੇ ਦੀ ਚੁਗਾਈ ਤੁਸੀਂ ਕਰਦੇ ਹੋ ਦੂਸਰੇ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਇਸ ਤੋਂ ਘਰ ਚਲਾਉਣ ਜੋਗਾ ਇਨਕਮ ਹੋ ਜਾਂਦੀ ਹੈ ਤੁਹਾਨੂੰ ਹਾਂ ਜੀ ਬਸ ਦਿਹਾੜੀ ਜੋਗਾ ਕੰਮ ਹੋ ਜਾਂਦਾ ਕਿ ਬਸ ਖਾਣਾ ਪੀਣਾ ਇਹ ਸਭ ਹੋ ਜਾਂਦਾਗਾ ਸੁਪਨਾ ਕੀ ਸੀਗਾ ਤੁਹਾਡਾ ਕੀ ਬਣਨ ਦਾ ਸੁਪਨਾ ਸੀਗਾ ਮਨਪ੍ਰੀਤ ਸੁਪਨਾ ਤਾਂ ਸਾਡਾ ਜੀ ਜਿਵੇਂ ਮੇਰੀ ਸਿਸਟਰ ਚੱਲ ਰਹੀ ਐ ਐਵੇਂ ਟੀਚਰ ਬਣਨ ਦਾ ਤੇ ਬਹੁਤ ਹੋਰ ਕੁਛ ਨਾ ਕੁਛ ਕਰਨ ਦਾ ਤਾਂ ਸੁਪਨਾ ਹੈ ਸੀ ਜੀ ਫਿਰ ਉਹਨਾਂ ਆਰਥਿਕ ਤੰਗੀ ਕਰਨੇ ਸੀ ਪੜਾਈ ਛੱਡ ਦਿੱਤੀ ਐ ਉਹ ਸੁਪਨੇ ਵੀ ਤੋੜ ਦਿੱਤੇ ਨੇ ਸੁਪਨੇ ਨਾ ਤੋੜਿਓ ਕਿਉਂਕਿ ਸੁਪਨੇ ਬੰਦੇ ਨੂੰ ਦੇਖਣੇ ਚਾਹੀਦੇ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਇਹ ਆਵਾਜ਼ ਉੱਪਰ ਤੱਕ ਪਹੁੰਚੇ ਤਾਂ ਕਿ ਸਰਕਾਰਾਂ ਨੂੰ ਕੋਈ ਥੋੜੀ ਜਾਗ ਆਵੇ ਤੁਹਾਡਾ ਕੀ ਨਾਮ ਹੈ ਜੀ ਬਿਨਤ ਕੋਰਸ ਤੁਸੀਂ ਕੀ ਕੁਆਲਿਫਿਕੇਸ਼ਨ ਕੀਤੀ ਐ ਤੁਹਾਡੀ ਮੇਰੇ ਮੇਰੀ ਬੀਏ ਬੀਐਡ ਪੀਐਸਟੈਟਿਕ ਲਈ ਹੈ ਕੰਪਿਊਟਰ ኦਪਰੇਟਿੰਗ ਦਾ ਕੋਰਸ ਕੀਤਾ ਹੋਇਆ ਐ ਮੈਂ ਤੇ ਕੋਈ ਕੋਰਸ ਕਰਕੇ ਤੇ ਫਿਰ ਜੇ ਕੋਰਸ ਇਹਨੇ ਕੀਤੇ ਨਰਮਾ ਚੁਗਣ ਲਈ ਕੀਤੇ ਸੀ ਕੋਰਸ ਇਹਨੇ ਨਹੀਂ ਜੀ ਨਰਮਾ ਚੁਗਣ ਤਾਂ ਨਹੀਂ ਕੀਤੇ ਸੀ ਅਧਿਆਪਕ ਬਣਨ ਲਈ ਕੀਤੇ ਸੀਗੇ ਪਰ ਉਹ ਸਾਨੂੰ ਕੁਝ ਵੀ ਨੌਕਰੀ ਨਹੀਂ ਮਿਰੀ ਇਸ ਕਰਕੇ ਅਸੀਂ ਅੱਜ ਵੀ ਖੇਤਾਂ ਦੇ ਵਿੱਚ ਨਰਮਾ ਦਿਹਾੜੀ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਆਂ ਤੇ ਮਾਂ-ਬਾਪ ਦੇ ਨਾਲ ਹੱਥ ਵਟਿਆਉਣੀ ਹੈ ਠੀਕ ਹੈ ਫੈਮਿਲੀ ਕੀ ਕਰਦੀ ਹੈ ਤੁਹਾਡੀ ਮੇਰੇ ਮਾਤਾ ਪਿਤਾ ਨੇ ਜਿਹੜੇ ਦਿਹਾੜੀ ਦਿਹਾੜੀ ਕਰਦੇ ਨੇਗੇ ਉਹਨਾਂ ਨੇ ਸਾਨੂੰ ਹੁਣ ਤੱਕ ਦੀ ਪੜ੍ਹਾਈ ਹੈ ਜਿਹੜੀ ਉਹ ਦੇਹਾ ਖੇਤਾਂ ਦੇ ਵਿੱਚ ਕੰਮ ਕਰਕੇ ਹੀ ਕੰਪਲੀਟ ਕਰਵਾਈ ਹੈ ਤੇ ਨਾਲ ਹੀ ਅਸੀਂ ਖੁਦ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਕਦੇ ਹਾੜੀ ਕਦੇ ਸੌਣੀ ਇਹ ਸਭ ਕੁਝ ਅਸੀਂ ਖੇਤਾਂ ਦੇ ਵਿੱਚ ਕੰਮ ਕਰਕੇ ਹੀ ਹੁਣ ਤੱਕ ਦੀ ਪੜ੍ਹਾਈ ਕੰਪਲੀਟ ਕੀਤੀ ਹੈਗੀ ਤੇ ਕਰ ਕਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਰ-ਕਰ ਰੋਜ਼ਗਾਰ ਦੇਵਾਂਗੇ ਪਰ ਉਹਨਾਂ ਨੇ ਕੋਈ ਵੀ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਕੀ ਲੱਗਦਾ ਅੱਗੇ ਫਿਊਚਰ ਦੇ ਵਿੱਚ ਕੁਝ ਬਣੇਗਾ ਇਸ ਤਰ੍ਹਾਂ ਤਾਂ ਲੱਗਦਾ ਹੈਗਾ ਵੀ ਕੋਈ ਵੀ ਨੌਕਰੀ ਨਹੀਂ ਮਿਲੂਗੀ ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਦੀ ਤੇ ਹੁਣ ਤੱਕ ਕੰਪਲੀਟ ਨਹੀਂ ਕੀਤੇ ਪਹਿਲਾਂ ਉਹਨਾਂ ਨੇ 33% ਰਿਜ਼ਰਵੇਸ਼ਨ ਦੇਣ ਦੀ ਗੱਲ ਕਹੀ ਹੈ ਕਿ ਔਰਤਾਂ ਨੂੰ ਮਹਿਲਾਵਾਂ ਨੂੰ ਕੁੜੀਆਂ ਨੂੰ 33% ਰਿਜ਼ਰਵੇਸ਼ਨ ਦਿੱਤਾ ਜਾਏਗਾ ਸਰਕਾਰੀ ਨੌਕਰੀਆਂ 'ਚ ਜਿਸ ਢੰਗ ਨਾਲ ਸਰਕਾਰ ਨੇ ਪਹਿਲਾਂ ਵਾਅਦੇ ਕੀਤੇ ਸੀ ਉਸ ਢੰਗ ਨਾਲ ਤਾਂ ਲੱਗਦਾ ਨਹੀਂ ਹੈਗਾ ਵੀ ਸਰਕਾਰ ਹੈ ਜਿਹੜੀ ਉਹ 33% ਰਾਖਵਾ ਕਰਨ ਔਰਤਾਂ ਨੂੰ ਦੇਵੇਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਕੇ ਕਰ ਕਰ ਰੋਜ਼ਗਾਰ ਦੇਵਾਂਗੇ ਸੋ ਇਹਨਾਂ ਲੋਕਾਂ ਦਾ ਇਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਬੜੇ ਹੌਸਲੇ ਦੇ ਨਾਲ ਪੜ੍ਹਾਈ ਕੀਤੀ ਇਹਨਾਂ ਦਾ ਵੀ ਵਿਸ਼ਵਾਸ ਸਰਕਾਰਾਂ ਤੋਂ ਉੱਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੋਲਿਟਿਕਲ ਕਲਾਸ ਦੇ ਉੱਪਰ ਲੋਕਾਂ ਨੂੰ ਹੁਣ ਯਕੀਨ ਨਹੀਂ ਹੈ ਕਿਉਂਕਿ ਪੋਲਿਟਿਕਲ ਜਿਹੜੀ ਜਮਾਤ ਹੈ ਲੋਕਾਂ ਦੇ ਨਾਲ ਲੋਕਾਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਇਹਨਾਂ ਨੇ ਸਿਰਫ ਵਾਅਦੇ ਕਰਨੇ ਹੁੰਦੇ ਆ ਸਿਰਫ ਵੋਟਾਂ ਲੈਣੀਆਂ ਹੁੰਦੀਆਂ ਉਸ ਤੋਂ ਬਾਅਦ ਇਹਨਾਂ ਨੂੰ ਲੋਕਾਂ ਦੀ ਯਾਦ ਨਹੀਂ ਆਉਂਦੀ ਇਹ ਬਿਲਕੁਲ ਇਹਨਾਂ तमाम ਜੋ ਲੋਕ ਨੇ ਪੰਜਾਬ ਦੇ ਲੋਕ ਆ ਖਾਸ ਕਰ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਇਹ ਗੱਲ ਘਰ ਘਰੀ ਗਈ ਹੈ ਇੱਕ ਬੱਚੀ ਹੋਰ ਹੈ ਇਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਰ ਗੋਲੂ ਗੌਰ ਹੈ ਗੋਲੂ ਤੁਸੀਂ ਪੜਾਈ ਕਰਦੇ ਸੀਗੇ ਪਹਿਲਾਂ ਹੁਣ ਕਰ ਰਹੇ ਹੋ ਪੜਾਈ ਕੰਟੀਨਿਊ ਹਾਂਜੀ ਸਰ ਮੈਂ ਬੀਏ ਕਰ ਰਹੀ ਹਾਂ ਜੀ ਬੀਏ ਕਰ ਹਾਂਜੀ ਸਰ ਤੁਹਾਡਾ ਕੀ ਸੁਪਨਾ ਕੀ ਕਰਨ ਜਿੱਦਾਂ ਦੂਸਰੀਆਂ ਹੋਰ ਗੁੱਡੀਆਂ ਨੇ ਗੱਲ ਕੀਤੀ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਚੰਗੀ ਪੜਾਈ ਲਿਖਾਈ ਦੋ ਕੁੜੀਆਂ ਨੇ ਕੀਤੀ ਇੱਕ ਨੂੰ ਵਿਚਾਰੇ ਨੂੰ ਪੜਾਈ ਵਿੱਚ ਚੜਨੀ ਪਈ ਹੈ ਹੁਣ ਤੁਸੀਂ ਕੀ ਬਣਨਾ ਸੁਪਨਾ ਲੈ ਕੇ ਪੜਾਈ ਕਰ ਰਹੇ ਹੋ ਮੈਂ ਸਰ ਟੀਚਰ ਬਣਨਾ ਚਾਹੁੰਦੀ ਆ ਪਰ ਜਿਸ ਤਰ੍ਹਾਂ ਸਰਕਾਰ ਨੇ ਚੋਣਾ ਸਮੇ ਵਾਦੇ ਕੀਤੇ ਸੀ ਵੀ ਅਸੀਂ ਕਰ ਕਰ ਰੁਜ਼ਗਾਰ ਦੇ ਦੇਵਾਂਗੇ ਪਰ ਅੱਜ ਤੱਕ ਸਰਕਾਰ ਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਇਸ ਕਰਕੇ ਜਿਹੜਾ ਸੁਪਨਾ ਸੀ ਉਹ ਤਾਂ ਰਤਰਾ ਹੀ ਰਹਿ ਗਿਆ ਅਸੀਂ ਹਰ ਸਾਲ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੀ ਪੜਾਈ ਕੰਪਲੀਟ ਕੀਤੀ ਕਰਦੇ ਆ ਫੈਮਿਲੀ ਨੂੰ ਤੁਸੀਂ ਸਪੋਰਟ ਕਰਦੇ ਹੋ ਫੈਮਿਲੀ ਤੁਹਾਨੂੰ ਸਪੋਰਟ ਕਰ ਰਹੀ ਹੈ ਹਾਂਜੀ ਸਰ ਕਰ ਰਹੀ ਆ ਜਿਸ ਵਕਤ ਮੈਂ ਸਰਪਲਸ 2 ਕਰ ਰਹੀ ਸੀ ਮੇਰੀ ਮੰਮਾ ਨੂੰ ਅਧਰੰਗ ਹੋ ਗਿਆ ਸੀ ਪਰ ਮੈਂ ਫਿਰ ਵੀ ਆਪਣੀ ਪੜਾਈ ਅਧੂਰੀ ਨਹੀਂ ਛੱਡਿਆ ਆਪਣੀ ਪੜਾਈ ਕੰਪਲੀਟ ਕੀਤੀ ਪਰ ਮੈਂ ਹੁਣ ਵੀ ਸਟੱਡੀ ਕਰ ਰਹੀ ਆ ਕਰਦਾ ਸਾਰਾ ਕੰਮ ਮੈਂ ਹੁਣ ਖੁਦ ਕਰਦੀ ਆ ਸਰ ਮੰਮਾ ਨੂੰ ਅਧਰੰਗ ਹੋ ਗਿਆ ਸੀ ਉਸ ਤੋਂ ਕੰਮ ਨਹੀਂ ਬਣਦਾ ਜੀ ਅੱਛਾ ਕਰਦਾ ਕੰਮਕਾਜ ਵੀ ਤੁਸੀਂ ਕਰਦੇ ਹੋ ਹੁਣ ਇੱਥੋਂ ਜਦੋਂ ਨਰਮਾ ਚੁਗਣ ਤੋਂ ਬਾਅਦ ਹੁਣ ਸ਼ਾਮ ਪੈ ਰਹੀ ਆ ਘਰ ਜਾ ਕੇ ਕੰਮ ਵੀ ਕਰਨਾ ਰੋਟੀ ਵੀ ਬਣਾਉਣੀ ਜਾ ਕੇ ਹਾਂਜੀ ਸਰ ਸਭ ਕੰਮ ਜੀ ਮੈਂ ਹੀ ਕਰਦੀ ਆ ਜੀ ਅਤੇ ਸਰ ਕੰਮ ਕਰਨ ਤੋਂ ਬਾਅਦ ਫਿਰ ਰਾਤ ਨੂੰ ਮੈਂ ਸਟੱਡੀ ਕਰਦੀ ਆਂ ਜੀ ਕਿਉਂਕਿ ਦਿਨ ਨੂੰ ਤਾਂ ਸਰ ਸਮਾਂ ਨਹੀਂ ਮਿਲਦਾ ਕਿਉਂਕਿ ਖੇਤਾਂ 'ਚ ਮਿਹਨਤ ਮਜ਼ਦੂਰੀ ਕਰਦੇ ਆਂ ਜੀ ਹਾਂਜੀ ਸਫੀਸ਼ੀਐਂਟ ਹੋ ਜਾਂਦਾ ਇੱਥੋਂ ਜਿਹੜਾ ਜੋ ਤੁਸੀਂ ਦਿਹਾੜੀ ਮਜ਼ਦੂਰੀ ਕਰਕੇ ਨਰਮੇ ਦੀ ਨਰਮਾ ਚੁੱਕ ਕੇ ਤੁਸੀਂ ਔਰ ਉਹਨਾਂ ਸਫੀਸ਼ੀਐਂਟ ਹੋ ਜਾਂਦਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਇਹਨਾਂ ਨਾਲ ਹਾਂਜੀ ਸਰ ਚੱਲ ਜਾਂਦਾ ਜੇਕਰ ਦਾ ਗੁਜ਼ਾਰਾ ਪਰ ਕਿੰਨੇ ਜੀ ਨੇ ਫੈਮਿਲੀ ਦੇ ਵਿੱਚ ਸਰ ਪੰਜ ਹਾਂਜੀ ਬਾਕੀ ਲੋਕ ਕੀ ਕਰਦੇ ਨੇ ਜੀ ਡੈਡੀ ਵੀ ਮਿਹਨਤ ਮਜ਼ਦੂਰੀ ਕਰਦੇ ਨੇ ਸਰ ਮੰਮਾ ਤੋਂ ਤਾਂ ਕੰਮ ਬਣਦਾ ਹੀ ਨਹੀਂ ਜੇ ਹੈਗਾ ਜੀ ਕਿੰਨੇ ਭੈਣ ਭਾਈਓ ਤੁਸੀਂ ਅਸੀਂ 4 ਸਰ ਉਹ ਕੀ ਕਰਦੇ ਨੇ ਸਰ ਦੋ ਤਾਂ ਮੈਰਿਡ ਨੇ ਜੀ ਇੱਕ ਵੀ ਮਜ਼ਦੂਰੀਏ ਕਰਦੇ ਨੇ ਜੀ ਬ੍ਰਦਰ ਹਾਂਜੀ ਮੈਂ ਵੀ ਜੇ ਕੀਤਾ ਵੀ ਗਰਮੀ ਦੇ ਸਮੇਂ ਸਰ ਚੋਨਾ ਲਗਾਇਆ ਤੇ ਹੁਣ ਸਰ ਨਰਮੀ ਨਰਮੀ ਦਾ ਸੀਜ਼ਨ ਲਗਾ ਰਹੇ ਆ ਇਸ ਦੇ باوجود ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜਿਸ ਤਰ੍ਹਾਂ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਨੌਕਰੀਆਂ ਦਵਾਂਗੇ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਵੀ ਜਿਹੜਾ ਵਾਅਦਾ ਪੂਰਾ ਕਰਨਗੇ ਸੋ ਇਹ ਪੰਜਾਬ ਦੀਆਂ ਉਹ ਧੀਆਂ ਨੇ ਜੋ ਬਹੁਤ ਸਾਰੇ ਖੁਆਬ ਪਾਲੀ ਬੈਠੀਆਂ ਨੇ ਆਪਣੇ ਦਿਲੋਂ ਦਿਮਾਗ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਖੁਆਬ ਪਾਲ ਕੇ ਪੜ੍ਹਾਈ ਕੀਤੀ ਚੰਗੀ ਪੜ੍ਹਾਈ ਲਿਖਾਈ ਕੀਤੀ ਔਰ ਹਾਲਾਤਾਂ ਦੇ ਨਾਲ ਜੂਝ ਕੇ ਪੜ੍ਹਾਈ ਕੀਤੀ ਹੈ ਕਿਉਂਕਿ ਦਿਨੇ ਦਿਹਾੜੀ ਮਜ਼ਦੂਰੀ ਕਰਨੀ ਆ ਦਿਨੇ ਲੋਕਾਂ ਦੇ ਖੇਤਾਂ ਦੇ ਵਿੱਚ ਜ਼ਿੰਮੇਦਾਰਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਨੇ ਨਰਮੇ ਦੀ ਚੁਗਾਈ ਕਰਨੀ ਆ ਜਦੋਂ ਝੋਨੇ ਦਾ ਸੀਜ਼ਨ ਆ ਤਾਂ ਝੋਨਾ ਵੀ ਲਾਇਆ ਇਹਨਾਂ ਕੁੜੀਆਂ ਨੇ ਪਰ ਸਰਕਾਰਾਂ ਆਈਆਂ ਗਈਆਂ ਪਹਿਲਾਂ ਜੋ ਵੀ ਸਰਕਾਰਾਂ ਆਈਆਂ ਸੀ ਚਾਹੇ ਸਰਕਾਰ ਜੋ ਹੁਣ ਦੀ ਮੌਜੂਦਾ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਇਹਨਾਂ ਨੇ ਕਰ ਕਰ ਰੋਜ਼ਗਾਰ ਦੇਣ ਦੀ ਜੋ ਗੱਲ ਕੀਤੀ ਸੀ ਔਰ ਹੁਣ 33% ਦੀ ਰਾਖਵਾ ਕਰਨ ਦੀ ਗੱਲ ਇਹਨਾਂ ਨੇ ਕਹੀ ਆ ਪਰ ਇਹਨਾਂ ਕੁੜੀਆਂ ਨੂੰ ਯਕੀਨ ਨਹੀਂ ਹੈ ਕਿਉਂਕਿ ਲੰਬਾ ਸਮਾਂ ਹੋ ਗਿਆ ਲੰਬਾ ਸਟਰਗਲ ਇਹਨਾਂ ਨੇ ਕੀਤਾ ਔਰ ਬਹੁਤ ਦਿੱਕਤਾਂ ਸਹਿਨ ਕਰਕੇ ਇਹਨਾਂ ਕੁੜੀਆਂ ਨੇ ਪੜ੍ਹਾਈ ਲਿਖਾਈ ਕੀਤੀ ਹੈ ਕਿਉਂਕਿ ਦਿਨੇ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਨੀ ਹੈ ਰਾਤ ਨੂੰ ਇਹਨਾਂ ਨੇ ਜਾ ਕੇ ਪੜ੍ਹਾਈ ਕਰਨੀ ਹੈ ਔਰ ਉਸ ਤੋਂ ਪਹਿਲਾਂ ਵੀ ਜੋ ਕੰਮ ਕਰਨਾ ਹੁੰਦਾ ਸ਼ਾਮ ਨੂੰ ਘਰੇ ਜਾ ਕੇ ਚੌਕੇ ਚੁੱਲੇ ਦਾ ਕੰਮ ਵੀ ਇਹਨਾਂ ਕੁੜੀਆਂ ਨੇ ਹੀ ਕਰਨਾ ਹੁੰਦਾ ਕਿਉਂਕਿ ਇਹਨਾਂ ਕੁੜੀਆਂ ਦੇ ਸਿਰ ਤੇ ਹੀ ਘਰ ਦੇ ਚੌਕੇ ਚੁੱਲੇ ਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ ਹੈ ਪਰ ਸਰਕਾਰਾਂ ਤੋਂ ਆਸ ਨਹੀਂ ਹੈ ਇਹਨਾਂ ਨੂੰ ਪਰ ਡਿਮਾਂਡ ਜ਼ਰੂਰ ਹੈ ਇਹਨਾਂ ਦੀ ਕਿ ਸਰਕਾਰ ਇਹਨਾਂ ਦੀ ਸੁਣਵਾਈ ਜ਼ਰੂਰ ਕਰੇ ਕੋਸ਼ਿਸ਼ ਇੱਕ ਵਾਰ ਹੋਰ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ ਸਰਕਾਰ ਤੋਂ ਕੋਈ ਆਸ ਲੱਗਦੀ ਹੈ ਤੁਹਾਨੂੰ ਹੁਣ ਕੀ ਸਰਕਾਰ ਕੋਈ ਸੁਣਵਾਈ ਕਰੇਗੀ ਮੈਂ ਸਰਕਾਰ ਨੂੰ ਇਹੀ ਅਪੀਲ ਕਰਦੀ ਹਾਂ ਕਿ ਮੈਨੂੰ ਮੇਰੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਵੀ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਡੀ ਇੱਕ ਸਿਸਟਰ ਛੋਟੀ ਉਹਨਾਂ ਦੇ ਵੀ ਬਹੁਤ ਸਾਰੇ ਸੁਪਨੇ ਸੀ ਹਜੇ ਵੀ ਅਸੀਂ ਇਹੀ ਹੌਸਲਾ ਦਿੰਦਾ ਹਾਂ ਉਹਨਾਂ ਨੂੰ ਖੈਰ ਤੁਸੀਂ ਵੀ ਹੌਸਲਾ ਕਰਕੇ ਪੜ੍ਹਾਈ ਲਿਖਾਈ ਕੀਤੀ ਹੈ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆਈ ਹੋਵੇ ਵਾਅਦੇ ਹੀ ਕੀਤੇ ਉਹਨਾਂ ਨੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦੀ ਹਾਂ ਕਿ ਹਰੇਕ ਨੌਜਵਾਨ ਦੇ ਹਰੇਕ ਦੇ ਸੁਪਨੇ ਹੁੰਦੇ ਨੇਗੇ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਲੋਕਾਂ ਵਿੱਚ ਵਿਚਰਨਾ ਚਾਹੀਦਾ ਹੈ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਸੁਣਨਾ ਚਾਹੀਦਾ ਹੈ ਹੱਲ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ ਠੀਕ ਹੈ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਪ੍ਰੋ ਪੰਜਾਬ ਟੀਵੀ ਦੇ ਮਾਧਿਅਮ ਨਾਲ ਆਪਣੀ ਗੱਲ ਰੱਖ ਸਕਦੇ ਹੋ ਤੁਸੀਂ ਸਭ ਤੋਂ ਵੱਡਾ ਮੁੱਦਾ ਤਾਂ ਅੱਜ ਅੱਜ ਬੇਰੋਜ਼ਗਾਰੀ ਦਾ ਹੀ ਮੁੱਦਾ ਹੈ ਹਰ ਨੌਜਵਾਨ ਨੌਕਰੀ ਦੀ ਭਾਲ ਵਿੱਚ ਹੈ ਇਸ ਕਰਕੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦੀ ਹਾਂ ਕਿ ਹਰੇਕ ਨੌਜਵਾਨ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਬਹੁਤ ਸ਼ੁਕਰੀਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਤਾਂ ਕਿ ਲੰਬੇ ਸਮੇਂ ਤੋਂ ਵੈਸੇ ਤਾਂ ਤੁਸੀਂ ਲੰਬੇ ਸਮੇਂ ਤੋਂ ਲਗਾਤਾਰ ਦੇਖਿਆ ਹੋਣੀ ਇਹਨਾਂ ਇਹਨਾਂ ਕੁੜੀਆਂ ਦੀਆਂ ਪਹਿਲਾਂ ਵੀ ਤਸਵੀਰਾਂ ਦੇਖੀਆਂ ਹੋਣੀਆਂ ਕਿਉਂਕਿ ਝੋਨਾ ਲਾਉਂਦੀਆਂ ਹੋਈਆਂ ਨਜ਼ਰ ਆਈਆਂ ਸੀ ਇਹ ਕੁੜੀਆਂ ਅੱਜ ਨਰਮਾ ਚੁੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਪੋਲੀਟੀਕਲ ਜਮਾਤ ਨੂੰ ਜ਼ਰੂਰ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਜਿੰਨੇ ਵੀ ਲੀਡਰ ਨੇ ਉਹ ਵਾਅਦੇ ਜ਼ਰੂਰ ਕਰਦੇ ਲੋਕਾਂ ਦੇ ਨਾਲ ਕਿਉਂਕਿ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਹੀ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਜੋ ਪਤਨੀ ਨੇ ਪਰਨੀਤ ਕੌਰ ਉਹ ਵੀ ਐਮਪੀ ਨੇ ਉਹ ਵੀ ਇੱਕ ਪੰਜਾਬ ਦੀ ਧੀ ਹੈ ਪ੍ਰਨੀਤ ਕੌਰ ਵੀ ਤੇ ਸੁਖਬੀਰ ਬਾਦਲ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜੋ ਕਿ ਉਹ ਵੀ ਐਮਪੀ ਨੇ ਔਰ ਉਹ ਵੀ ਇੱਕ ਪੰਜਾਬ ਦੀ ਧੀ ਹੈ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਪੰਜਾਬ ਦੀਆਂ ਇਹਨਾਂ ਧੀਆਂ ਦੀ ਸੁੱਧ ਲਈ ਜਾਵੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸੁਪਨੇ ਨੇ ਬਹੁਤ ਸਾਰੇ ਸੁਪਨੇ ਜੋ ਕਿ ਟੁੱਟਣ ਤੋਂ ਬਚਾ ਲਏ ਜਾਣ ਇਹਨਾਂ ਨੂੰ ਪਹਿਲਾਂ ਹੀ ਜੋ ਸੁਪਨੇ ਇਹਨਾਂ ਨੇ ਪਾਲੇ ਨੇ ਜੋ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਪੜ੍ਹਾਈ ਲਿਖਾਈ ਇਹਨਾਂ ਨੇ ਕੀਤੀ ਹੈ ਉਸ ਦਾ ਇਹਨਾਂ ਨੂੰ ਫਲ ਮਿਲੇ ਕਿਉਂਕਿ ਇਹ ਕੁੜੀਆਂ ਜੋ ਚੰਗੀ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਵੀ ਅੱਜ ਲੋਕਾਂ ਦੇ ਖੇਤਾਂ 'ਚੋਂ ਨਰਮਾ ਚੁਗ ਰਹੀਆਂ ਨੇ ਕੈਮਰਾ ਪਰਸਨ ਹਰਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ